मोगा सभी स्थानीय निवासियों ने किया बायकॉट। जी खबर है, पंजाब के मोगा जिले के सिटी साउथ थाना अंतर्गत बीजेपी जिलाध्यक्ष विनय शर्मा के घर का घेराव किए किसानों द्वारा लगभग 3 महीने पूरे होने को हैं। आपको बता दें कि लगभग बीजेपी के सभी सदस्य के घर का घेराव पंजाब में कृषि कानून को लेकर जारी था और 1 महीने होने को हैं। पूरे भारत के किसान कृषि कानून को लेकर दिल्ली में दिन रात डटे हुए हैं। इसी बीच एक बड़ी खबर निकल कर ये भी आ रही है कि मोगा में विनय शर्मा के घर का घेराव किसानों द्वारा किया ही था, मगर अब वहां के निवासियों ने भी विनय शर्मा को पूर्ण तौर से बायकॉट का ऐलान कर दिया है। देखिए बहोना चौक से बाकी हो गया, फिर सानू आज बड़े भारी मान दुखी मान दे नाल सानू फिर फैसला लेना पिया ते सानू इहदा बायकॉट करना पिया। ਇਹਨਾਂ ਨਾਲ ਕਾਫੀ ਦਿਨ ਹੋ ਗਏ ਆ, ਤੁਸੀਂ ਅੱਜ ਦਾ ਪ੍ਰੋਗਰਾਮ ਕੀ ਉਲੀਕਿਆ ਜੀ? ਸਾਨੂੰ ਲਗਾਤਾਰ 2 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ ਲਗਭਗ। ਅਸੀਂ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਸਤੀਫਾ ਦੇ ਕਿਸਾਨਾਂ ਨਾਲ ਰਲ, ਪਰ ਇਹ ਆਪਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਦਾ ਉਹਨਾਂ ਤੋਂ ਬਾਜ ਨਹੀਂ ਆਉਂਦਾ। ਇਸ ਕਰਕੇ ਅਸੀਂ ਵੱਡੀ ਲੈਵਲ ਤੇ ਵੱਡੇ ਇਨਾਮਬੰਦੀ ਬਣਾ ਕੇ ਪਿੰਡਾਂ ਨੂੰ ਕਿਹਾ ਵੀ ਵੱਧ ਤੋਂ ਵੱਧ ਇੱਥੇ ਗਿਣਤੀ ਵਧਾਓ, ਜਿੰਨੇ ਇਹਦੇ ਵਾਰ ਵਾਰੀਆਂ ਉਹ ਬੰਦ ਕਰਾਂਗੇ। ਜਿੰਨਾ ਚਿਰ ਬੰਦ ਨਹੀਂ ਕਰਦੇ ਉਹਨਾਂ ਚਿਰ ਇਹਨੇ ਉਸ ਤਰ੍ਹਾਂ ਆਉਣਾ ਨਹੀਂ, ਕਿਸਾਨਾਂ ਦੇ ਵਿੱਚ ਬੈਠਣਾ ਨਹੀਂ, ਇਹਨੂੰ ਉਸ ਚੀਜ਼ ਤੇ ਬੈਠਣ ਲਈ ਮਜਬੂਰ ਕਰਾਂਗੇ। ਜਿੰਨਾ ਚਿਰ ਅਸੀਂ ਬਾਹਰ ਨਹੀਂ ਰੋਕਦੇ ਉਹਨਾਂ ਚਿਰ ਸਾਡਾ ਕੋਈ ਹੱਲ ਨਹੀਂ। ਜਿਹੜਾ ਅੱਜ ਤੁਸੀਂ ਕਹਿੰਦੇ ਆਵਾਜ਼ ਦਿੱਤੀ ਸੀ ਆਵਾਜ਼ ਵੀ ਭਾਈ ਅਸੀਂ ਇਹਨਾਂ ਦੇ ਦਰਵਾਜ਼ੇ ਬੰਦ ਕਰਾਂਗੇ, ਅਸੀਂ ਉਹ ਨਹੀਂ ਕਰਨੇ। ਅਸੀਂ ਲੰਗਰ ਤੋਂ ਬਾਅਦ ਇੱਥੇ ਮਾਰਚ ਕਰਾਂਗੇ ਜਿਸ ਸਾਤੋਂ ਹੋਇਆ, ਕਿਉਂਕਿ ਸਾਡੇ ਕੋਲ ਸਮੇਂ ਦੀ ਘਾਟ ਆ, ਕਈਆਂ ਵੀਰਾਂ ਨੇ ਸਾਡੇ ਦਿੱਲੀ ਜਾਣ ਦੀ ਤਿਆਰੀ ਆ। ਇਸ ਕਰਕੇ ਜੀ ਅਸੀਂ ਅਜੇ ਪੱਕਾ ਨਹੀਂ ਕਹਿ ਰਹੇ ਵੀ ਅੱਜ ਅਗਲਾ ਐਕਸ਼ਨ ਕੀ ਹੋਊਗਾ, ਕੱਲ੍ਹ ਤੋਂ ਲਗਾਤਾਰ ਵੇਖਾਂਗੇ ਜੇ ਗਿਣਤੀ ਵੱਧ ਹੀ ਰਹੀ ਤਾਂ ਅਸੀਂ ਉਹ ਜਿਹੜੇ ਆਪਦੇ ਵਾਅਦੇ ਆ ਉਹ ਪੂਰੇ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਜਤਿੰਦਰ ਸਿੰਘ ਜੀ, ਨਿਹੰਗ ਸਿੰਘ, ਪਤੀ ਸੰਗਪਤੀ ਪੱਲੇ ਕੀ ਸਾਰੇ ਜਿੰਨੇ ਵੀ ਹੈਗੇ ਆ ਕਲੇਰਾਂ ਦੇ ਗੁਆਰ ਜਿਹੜੇ ਘਰ ਹੈਗੇ ਆ, ਮੰਨ ਲਓ ਕਿ ਬਥੇਰੀਆਂ ਪੱਤੀਆਂ ਹੈਗੀਆਂ, ਇਕੱਲੇ ਇਕੱਲੇ ਗਰਾਊਂਡ ਲੱਗਿਆ ਆਪਾਂ ਨੂੰ ਟਾਈਮ ਲੱਗ ਜਾਣਾ ਵਾ। ਇਹਨਾਂ ਦਾ ਅਸੀਂ ਅੱਜ ਤਕਰੀਬਨ ਜਿਹੜਾ ਵਿਨੇ ਸ਼ਰਮਾ ਦੇ ਗੇਟ ਦਾ ਆਪਾਂ ਘਰਾਓ ਕਰਨਾ ਹੈਗਾ, ਉਹਦੇ ਵਿੱਚ ਜਿੰਨੇ ਵੀ 8 ਮਹੱਲੇ